ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਵਿੱਚ ਆਏ ਦਿਨ ਦਿਹਾੜੇ ਝਗੜੇ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਬੀਤੇ ਇੱਕ ਹਫ਼ਤਾ ਪਹਿਲਾਂ ਜੇਲ੍ਹ ਵਿੱਚ ਹੋਈ ਲੜਾਈ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਅੱਜ ਫਿਰ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਸੰਦੀਪ ਸਿੰਘ ਨਾਮ ਦੇ ਕੈਦੀ ਵੱਲੋਂ ਸਹਾਇਕ ਸੁਪਰਡੈਂਟ 'ਤੇ ਪੈਸੇ ਲੈਣ 'ਤੇ ਤੰਗ ਪਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਨੇ। ਕੈਦੀ ਸੰਦੀਪ ਸਿੰਘ ਨੇ ਦੱਸਿਆ ਕਿ ਮੇਰੇ ਹੱਥ ਦੀ ਉਂਗਲੀ ਅਲੱਗ ਹੋ ਗਈ ਹੈ ਅਤੇ ਜੇਲ੍ਹ ਵਿੱਚ ਨਸ਼ਾ ਤਸਕਰੀ ਦਾ ਵੀ ਧੰਦਾ ਜਦ ਹੈ। ਸੰਦੀਪ ਸਿੰਘ ਜੀ ਮੈਂ ਉਮਰ ਕੈਦ ਕੱਟ ਰਿਹਾ ਕਤਲ ਕੇਸ 'ਚ, ਮੈਨੂੰ ਤੰਗ ਪਰੇਸ਼ਾਨ ਕਰਿਆ ਜਾਂਦਾ ਕਈ ਦਿਨ ਤੋਂ ਜੀ, ਮੈਂ ਡਿਪਟੀ ਸੁਪਰਡੈਂਟ ਨੇ ਤੰਗ ਪਰੇਸ਼ਾਨ ਕੀਤਾ, ਫਿਰ ਸਟੋਰ ਕੀਪਰ ਨੇ ਕੀਤਾ ਤੰਗ ਜੀ ਮੈਨੂੰ, ਮੈਂ ਗਿਣਤੀ ਨੂੰ ਕਿਹਾ ਸੀਗਾ, ਇਹਨਾਂ ਨੇ ਗਿਣਤੀ ਵੀ ਨਹੀਂ ਮੇਰੀ ਪਾਈ ਹੈਗੀ, ਗਿਣਤੀ ਨਹੀਂ ਪਾਈ ਹੈਗੀ, ਫਿਰ ਮੈਨੂੰ ਪੈਸਿਆਂ ਦੀ ਬਗਾਰਾਂ ਪਾ ਰਿਹਾ ਡਿਪਟੀ ਸੁਪਰਡੈਂਟ, ਮੈਨੂੰ 10,000 ਰੁਪਏ ਦੀ ਬਗਾਰ ਪਾ ਰਿਹਾ ਜੀ ਇਹ, ਕਹਿੰਦਾ ਵੀ ਤੇਰੀ ਗਿਣਤੀ ਤਾਂ ਪਾਈ ਜਾਊਗੀ, ਕਹਿੰਦਾ ਨਹੀਂ ਤੇਰਾ ਚਲਾਣ ਪਾ ਦੂੰਗਾ ਮੈਂ, ਇਹ ਉਂਗਲੀ ਉਹਨਾਂ ਨੇ ਵੱਢੀ ਹੈ ਜੀ, ਮੈਂ ਉਹ ਹੋ ਗਿਆ ਸੀਗਾ, ਮੈਨੂੰ ਚੱਕਰ ਆ ਗਏ ਸੀਗੇ ਜੀ ਜਦੋਂ ਮੈਨੂੰ ਉਹਨਾਂ ਨੇ ਕੁੱਟਿਆ ਜੀ, ਮੈਨੂੰ ਸਟੋਰ ਮਾਲਕ ਸੀਗਾ ਜੀ, ਉਹਨਾਂ ਨੇ ਕਟਵਾਇਆ ਜੀ ਮੈਨੂੰ, ਰਾਜਵਿੰਦਰ ਸਿੰਘ ਜੀ, ਉਹ ਜੀ ਆਪਣਾ ਮਾਲਕ ਆ ਜੀ ਆਪਣਾ ਸਟੋਰ ਦਾ ਜੀ, ਉਹ ਸੀਗਾ ਜੀ, ਨਾ ਹੁੰਦੀ ਲੜਾਈਆਂ ਹੁੰਦੀਆਂ, ਲੜਾਈਆਂ ਝਗੜੇ ਵਾਧੂ ਹੁੰਦੇ ਉੱਥੇ ਅੰਦਰ ਜੇਲ੍ਹ ਪਛਾਣ ਦੀ ਵਜ੍ਹਾ ਨਾਲ ਹੁੰਦਾ ਸਾਰਾ ਕੁਛ ਜੀ। ਹਾਂਜੀ ਹਾਂਜੀ ਇਹਨਾਂ ਦੀ ਲੜੀ ਮਿਲੀ ਨਾਲ ਹੋਇਆ ਜੀ ਸਾਰਾ ਕੁਛ। ਹਾਂਜੀ ਨਸ਼ਾ ਵੀ ਵਿਕਦਾ ਜੀ, ਚਿੱਟਾ ਗੋਲੀ ਸਭ ਕੁਛ ਵਿਕਦਾ ਜੀ ਅੰਦਰ, ਇਹ ਅੰਦਰ ਆਪ ਭੇਜਦੇ ਪੈਸੇ ਦਿੰਦੇ ਜੀ ਲੋਕ, ਚਿੱਟੇ ਦੇ ਹੈਗੇ ਜੀ 5-6 ਜੀ, ਮੈਂ ਵੀ ਆਪ ਵੀ ਖੁਦ ਵੀ ਪੀਂਦਾ ਸੀਗਾ ਚਿੱਟਾ ਜੀ, ਮੈਂ ਆਪ ਖੁਦ ਛੱਡਿਆ ਜੀ ਮੈਂ। ਹਾਂਜੀ ਇਹ ਲੜਾਈ ਉਹਨਾਂ ਨੇ, ਮੈਂ ਭੱਜੇ ਭੱਜੇ ਗਿਆ ਜੀ, ਮੈਂ ਗੇਟ ਦੇ ਵਿੱਚ ਇੱਕੋ ਲੱਗ 'ਤੇ ਵੱਜਿਆ ਜੀ ਮੈਂ, ਉਹਨਾਂ ਨੇ ਉੱਪਰ 'ਤੇ ਕੁੰਡਾ ਮਾਰਿਆ ਜੀ ਦਰਵਾਜ਼ਾ ਜੀ, ਉਹਦੇ ਵਿੱਚ ਉਂਗਲੀ ਆ ਗਈ ਇੱਕੋ ਲੱਗ 'ਤੇ ਵੱਢ ਹੋਈ ਉਂਗਲੀ, ਆਪ ਸਭ ਕੇ ਮੇਖ ਵੀ ਵੱਜਿਆ ਜੀ ਮੇਰੇ ਹੱਥ ਪਰ ਜੀ, ਮੈਂ ਕਤਲ ਗਏ 'ਚ ਉਮਰ ਕੈਦ ਕੱਟ ਰਿਹਾ ਜੀ, ਮੈਂ ਜੀ ਮਰਿੰਡੇ ਥਾਣੇ ਦਾ ਜੀ, ਮਰਿੰਡੇ ਦਾ ਜੀ ਮਰਿੰਡੇ। ਹਾਂਜੀ ਇਹ ਉਹੀ ਸੀਗਾ ਇੱਕ ਸਟੋਰ ਮਾਲਕ ਸੀਗਾ ਜੀ ਨਾਲ, ਡਿਪਟੀ ਸੁਪਰਡੈਂਟ ਅੰਦਰ ਬੈਠਾ ਸੀਗਾ ਦਫ਼ਤਰ ਜੀ, ਬਾਅਦ 'ਚੋਂ ਮੈਨੂੰ ਲੈ ਕੇ ਆਏ, ਮੈਨੂੰ ਕੱਪੜੇ ਨੂੰ ਵੀ ਕਿਹਾ ਕਹਿੰਦੇ ਕੱਪੜੇ ਵੀ ਨਹੀਂ ਪਾਉਣੇ ਹੈਗੇ, ਕਹਿੰਦੇ ਇੱਦਾਂ ਨੰਗਾ ਚਲੇ ਜਾ, ਕਹਿੰਦੇ ਕੱਛੇ ਸਣੇ, ਮਾਂ ਜੀ ਮੈਂ ਨਹੀਂ ਇੱਦਾਂ ਜਾਣਾ ਹੈਗਾ, ਮਾਂ ਮੇਰੇ ਕੱਪੜੇ ਮੰਗਾਓ, ਮੇਰੇ ਡਿਊਟੀ 'ਚ ਕੱਪੜੇ ਮੰਗਾਏ, ਉੱਥੇ 4 ਮੁੰਡੇ ਬੁਲਾਏ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਉਹਨਾਂ ਵੱਲੋਂ, ਫਿਰ ਮੇਰੇ ਕੱਪੜੇ ਮੰਗਾਏ, ਫਿਰ ਮੇਰੇ ਕੱਪੜਿਆਂ ਦੇ ਬੈਗ ਫੋਲਣ ਲੱਗ ਗਏ, ਮਾਂ ਜੀ ਮੇਰੇ ਬੈਗ ਬੂਗ ਨਹੀਂ ਫੋਲਣੇ ਹੈਗੇ, ਮੈਂ ਉਹਨਾਂ ਦੇ ਗਲ ਪਿਆ ਜੀ, ਮੈਂ ਤਾਂ ਕਰਕੇ ਮਾੜਾ ਜਿਹਾ ਬਚਾਓ ਕਰਾਇਆ ਜੀ ਮੈਂ ਆਪਣਾ, ਮੇਰੇ 2 ਘੰਟੇ ਬਾਅਦ ਮਨੂਰੇ ਹੋਸਪਿਟਲ ਭੇਜਿਆ ਗਿਆ ਜੀ, 4:30 ਵਜੇ ਦੀ ਉਂਗਲੀ ਵੱਢੀ ਵੀ ਹੈ ਜੀ ਮੇਰੀ, ਨਹੀਂ ਮੇਰੀ ਉੱਦਾਂ ਹੀ ਉਂਗਲੀ ਜੁੜ ਜਾਣੀ ਸੀਗੀ, ਹੁਣੇ ਤੱਕ ਹੁਣ ਜੁੜਨੀ ਵੀ ਨਹੀਂ ਹੈਗੀ ਜੀ ਉਂਗਲੀ, ਜਮਾਂ ਹੀ ਵੱਢ ਹੋ ਗਈ ਆ, ਉਂਗਲੀ ਲਹਿਦੀ ਪਈ ਹੈ ਜੀ। ਹਾਂਜੀ ਮੈਂ ਜੀ ਇਹਨਾਂ ਮੇਰਾ ਪਰਚਾ ਕਟਾਉਣਾ ਚਾਹੁੰਦਾ ਜੀ, ਹੁਣ ਮੈਂ ਡਿਪਟੀ ਸੁਪਰਡੈਂਟ 'ਤੇ ਜੀ, ਸਟੋਰ ਮਾਲਕ 'ਤੇ ਜੀ, ਗੁਰਪ੍ਰੀਤ ਸਿੰਘ ਹੈ ਜੀ, ਨਵਾਂ ਆਇਆ ਜੀ ਡਿਪਟੀ ਸੁਪਰਡੈਂਟ ਜੀ। ਇਸ ਮੌਕੇ ਜੇਲ੍ਹ ਵਿੱਚੋਂ ਕੈਦੀ ਦੀ ਸਿਕਿਉਰਿਟੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਦੀ ਉਂਗਲੀ ਦਾ ਕੁਝ ਹਿੱਸਾ ਅਲੱਗ ਤਾਂ ਹੋਇਆ, ਅੰਦਰ ਲੜਾਈ ਕਿਵੇਂ ਹੋਈ ਹੈ ਇਸ ਦਾ ਕੁਝ ਨਹੀਂ ਪਤਾ। ਸਾਨੂੰ ਜੇਲ੍ਹ 'ਚੋਂ ਲੈ ਕੇ ਆਇਆ, ਸਾਨੂੰ ਪਤਾ ਲੱਗਿਆ ਇਹ ਵੀ ਉਂਗਲੀ 'ਤੇ 7 ਵਜੇ, ਤਾਂ ਅਸੀਂ ਜਦੇ ਤੁਰੰਤ ਲੈ ਕੇ ਐਮਰਜੈਂਸੀ ਪਹੁੰਚੇ, ਹਲਕੀ ਜਿਹੀ ਥੋੜ੍ਹੀ ਜਿਹੀ ਹੈਗੀ ਆ, ਵੱਖਰੀ ਹੈਗੀ ਆ, ਸਿਲਤ ਜਿਹੀ ਲਹੀ ਵੀ ਹੈ। ਹਾਂ ਨਹੀਂ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ, ਨਾ ਅਸੀਂ ਸਾਡੀ ਪੂਰੀ ਟੀਮ ਆਈ ਆ ਲੈ ਕੇ, ਆਏ ਸੀਗੇ 2-3 ਮੁਲਾਜ਼ਮ ਆਏ ਸੀਗੇ, ਚਲੇ ਗਏ। ਇਸ ਸੰਬੰਧੀ ਨਾਭਾ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਕੈਦੀ ਦੀ ਉਂਗਲ ਦਾ ਉੱਪਰਲਾ ਹਿੱਸਾ ਅਲੱਗ ਹੋ ਗਿਆ, ਅਸੀਂ ਸਰਜਨ ਦੀ ਓਪੀਨੀਅਨ ਲੈ ਰਹੇ ਹਾਂ। ਇੱਕ ਪੇਸ਼ੈਂਟ ਆਇਆ ਸੰਦੀਪ ਸਿੰਘ, ਹੀ ਇਜ਼ ਅ ਪ੍ਰਿਜ਼ਨਰ ਔਰ ਮੈਕਸੀਮਮ ਸਿਕਿਉਰਿਟੀ ਜੇਲ੍ਹ ਸੇ ਆਇਆ, 25 ਇਅਰਸ ਮੇਲ, ਔਰ ਉਸਕੀ ਇੰਜਰੀ ਹੈ ਲੈਫਟ ਲਿਟਲ ਫਿੰਗਰ ਪੇ,
और फर्दर हम एक्सरे के लिए एडवाइस किया और ऑर्थो वाले देखेंगे। हाँ थोड़ी है डिस्टल पार्ट पे इंजरी, लेकिन फर्दर हम एक्सरे से देखेंगे कि क्या कर सकते हैं उसका अभी। आवाजी कॉम टीवी ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।